ਸਾਡੇ ਬਜ਼ੁਰਗ ਪਹਿਲਾਂ ਤੋਂ ਹੀ ਬਹੁਤ ਖਰਾ ਕੰਮ ਕਰਦੇ ਸੀ ਉਹਨਾਂ ਦਾ, ਅਸੀਂ ਵੀ ਹੁਣ ਸਾਰਾ ਟੋਟਲ ਹਾਲਮਾਰਕ ਹੀ ਕਰਦੇ ਹਾਂ। ਆਨੰਦ ਆ ਗਿਆ, ਇਹ ਤੋਂ ਵਧੀਆ ਮੂਮੈਂਟ ਸਾਡੇ ਲਈ ਕੋਈ ਹੋ ਨਹੀਂ ਸਕਦੀ ਹਾਕੀ ਲਵਰਾਂ। ਸਾਨੂੰ ਤਾਂ ਮਤਲਬ ਇਹਦੀ ਇਨਵੈਲੂਏਬਲ ਮੂਮੈਂਟ ਨੇ ਇਹਨਾਂ ਅਸੀਂ ਜ਼ਿੰਦਗੀ ਦੇ ਸਭ ਤੋਂ ਵਧੀਆ ਕੁਛ ਪਲਾਂ ਦੇ ਵਿੱਚੋਂ ਇਹ ਪਲ ਨੇ ਜਦੋਂ ਅਸੀਂ ਇੰਡੀਆ ਦੀ ਹਾਕੀ ਟੀਮ ਨੂੰ ਮੈਡਲ ਜਿੱਤਦਾ ਦੇਖਦੇ ਹਾਂ। ਕ੍ਰਿਸ਼ਨ ਜਿਹੜੀ ਅਸੀਂ ਅੱਜ ਦਰਾਹੇ 'ਚ ਦੇਖ ਰਹੇ ਹਾਂ, ਜਦੋਂ ਬੰਦਾ ਅੰਦਰ ਆਉਂਦਾ ਬਾਹਰੋਂ ਸਿੰਪਲ ਦੇਖ ਕੇ, ਲੇਕਿਨ ਅੰਦਰ ਆਉਂਦਾ ਬੰਦਾ ਤਾਂ ਉਹਨੂੰ ਐਸੀ ਕ੍ਰੀਏਟਿਵਿਟੀ ਲੱਗਦੀ ਆ, ਉਹ ਕ੍ਰੀਏਟਿਵਿਟੀ ਵਾਲੇ ਇਨਸਾਨ ਔਰ ਨਾਲ ਖੇਡਾਂ ਨੂੰ ਪਿਆਰ ਕਰਨ ਵਾਲੇ। ਜਿਸ ਤਰੀਕੇ ਦੇ ਨਾਲ ਅੱਜ ਹਾਕੀ ਦੀ ਜਿੱਤ ਦੇ ਉੱਤੇ ਜਸ਼ਨ ਮਨਾਇਆ ਗਿਆ, ਲੱਡੂ ਵੰਡੇ ਗਏ ਔਰ ਸਾਰੇ ਜਿਹੜੇ ਵੈਟਰਨ ਜਿਹੜੇ ਸੀਗੇ ਉਹਨਾਂ ਨੇ ਆ ਕੇ ਇੰਜੋਏ ਕੀਤਾ, ਕੀ ਕਹਿਣਾ ਚਾਹੋਗੇ ਕਿ ਇੱਕ ਬ੍ਰਾਂਡਡ ਹੋ, ਹਰ ਚੀਜ਼ ਹੀ ਬ੍ਰਾਂਡ 'ਚ ਕਰਨੀ ਆ। ਜੇ ਅਸੀਂ ਇੱਥੇ ਸ਼ੋਰੂਮ ਬਣਾਇਆ ਉਹ ਵੀ ਐਸਾ ਬਣਾਇਆ ਵੀ ਵਰਲਡ ਕਲਾਸ, ਵੀ ਇੱਕ ਚੀਜ਼ ਅਗਰ ਬਣਾਉਣੀ ਆ ਤਾਂ ਇਹੋ ਜਿਹੀ ਮਜ਼ੇਦਾਰ ਬਣਾਓ ਵੀ ਲੋਕਾਂ ਨੂੰ, ਜਿਹੜੇ ਲੋਕ ਲੁਧਿਆਣਾ ਪ੍ਰੈਫਰ ਕਰਦੇ ਸੀ, ਚੰਡੀਗੜ੍ਹ ਪ੍ਰੈਫਰ ਕਰਦੇ ਸੀ ਜਾਣਾ, ਅੱਜ ਉਹ ਦਰਾਏ ਦੇ ਵਿੱਚੋਂ ਵੀ ਪਰਚੇਜ਼ ਕਰ ਰਿਹਾ, ਕੀ ਕਹਿਣਾ ਚਾਹੋ? ਬਸ ਪਰਮਾਤਮਾ ਦੀ ਕਿਰਪਾ ਜੀ। ਔਰ ਖੇਡਾਂ ਦੇ ਪ੍ਰਤੀ ਜਿਹੜਾ ਤੁਹਾਡਾ ਲਗਾਵ ਹੈਗਾ, ਜਿਸ ਤਰੀਕੇ ਨਾਲ ਅਸੀਂ ਦੇਖਿਆ ਕਿ ਅੱਜ ਇੱਕ ਅਸੀਂ ਦਰਾਏ 'ਚ ਬਹੁਤ ਪਲੇਅਰ ਪੈਦਾ ਹੋਏ ਹਾਂ ਜੀ, 20-25 ਮੁੰਡੇ ਅਸੀਂ ਇੰਟਰਵਾਸੀ ਖੇਡੇ ਹਾਂ ਦਰਾਏ 'ਚ। ਦਰਾਏ 'ਚ ਹਾਕੀ ਬਹੁਤ ਚੰਗੀ ਸੀ ਪਹਿਲਾਂ, ਕੀ ਕਹਿਣਾ ਚਾਹੋਗੇ? ਹੁਣ ਵੀ 10 ਪਲੇਅਰਾਂ ਨੇ ਜਿੱਦਾਂ ਰਿਪ੍ਰਜੈਂਟ ਕੀਤਾ ਇੰਡੀਆ ਨੂੰ ਔਰ ਬਹੁਤ ਮਜ਼ੇ ਦੇ ਨਾਲ ਜਿਹੜਾ ਹੈਗਾ, ਕਿਉਂਕਿ ਸਰਪੰਚ ਕਿਹਾ ਸਾਡੇ ਪ੍ਰਧਾਨ ਮੰਤਰੀ ਨੇ, ਸਰਪੰਚ ਕਿਹਾ ਸਾਡੇ ਕੈਪਟਨ ਨੂੰ, ਔਰ ਇਹ ਬਹੁਤ ਵੱਡੀ ਇੱਕ ਸੰਗਿਆ, ਬਹੁਤ ਚੰਗਾ ਲੱਗਿਆ ਜੀ। ਪਰ ਆ ਗਿਆ, ਉਹ ਜੁੜ ਗਿਆ ਤਾਂ ਜੁੜ ਗਿਆ, ਔਰ ਚੇਨ ਬਣੀ ਆ, ਕਦੇ ਐਡ ਨਹੀਂ ਕੀਤੀ, ਕਦੇ ਕਿਸੇ ਦੇ ਉੱਤੇ ਆਏ ਨਹੀਂ ਗਏ, ਇਹ ਸਾਰੀ ਖੁਸ਼ਬੂ ਆ ਵੀ ਜਿਹੜੀ ਫੈਲਦੀ ਆ ਜਦੋਂ ਇੱਕ ਬੰਦਾ ਲੈ। ਸਾਡੇ ਬਜ਼ੁਰਗ ਪਹਿਲਾਂ ਤੋਂ ਹੀ ਬਹੁਤ ਖਰਾ ਕੰਮ ਕਰਦੇ ਸੀ ਉਹਨਾਂ ਦਾ, ਅਸੀਂ ਵੀ ਹੁਣ ਸਾਰਾ ਟੋਟਲ ਹਾਲਮਾਰਕ ਹੀ ਕਰਦੇ ਹਾਂ। ਔਰ ਜਿੱਦਾਂ ਹੁਣ ਵੀ ਬੇਟਾ ਜਿਹੜਾ ਹੈਗਾ ਉਹ ਗਿਆ ਹੋਇਆ ਹੈਗਾ ਐਗਜੀਬਿਸ਼ਨਾਂ ਦੇ ਉੱਪਰ, ਔਰ ਹਮੇਸ਼ਾ ਕੋਈ ਨਾ ਕੋਈ ਚੀਜ਼ ਨਵੀਂ ਲੱਭ ਕੇ ਲਿਆਉਣੀ, ਡਿਜ਼ਾਈਨਸ ਬੰਦਾ ਜਿਹੜੀ ਚੀਜ਼ ਮਰਜ਼ੀ ਦੇ ਦੇਵੇ। NRIN ਦੀ ਪਹਿਲੀ ਪਸੰਦ ਆ ਇਹ ਸ਼ੋਪ, ਔਰ NRIN ਨੂੰ ਵੀ NRIN ਦੀ ਤਰ੍ਹਾਂ ਨਹੀਂ ਬਲਕਿ ਆਮ ਲੋਕਾਂ ਦੀ ਤਰ੍ਹਾਂ ਹੀ ਡੀਲ ਕੀਤਾ ਜਾਂਦਾ, ਕਿਉਂਕਿ ਰੇਟਸ ਉਹਨਾਂ ਨੂੰ ਵੀ ਬਿਲਕੁਲ ਜਾਇਜ਼ ਆ ਜਾਂਦੇ। ਬਿਲਕੁਲ ਜੀ। ਔਰ ਅੱਜ ਜਿਹੜਾ ਹੈਗਾ ਇਹ ਸ਼ੋਪ ਇੱਕ ਬੂਮ ਬਣ ਚੁੱਕੀ ਹੈਗੀ ਆ, ਜੇ ਆਪਾਂ ਡਾਇਮੰਡ ਦੀ ਗੱਲ ਕਰ ਲਈਏ, ਆਪਾਂ ਗੋਲਡ ਦੀ ਗੱਲ ਕਰ ਲਈਏ, ਚਾਂਦੀ ਦੀ ਗੱਲ ਕਰ ਲਈਏ, ਤਾਂ ਹਰ ਚੀਜ਼ ਇੱਥੇ ਅਵੇਲੇਬਲ ਆ। ਹਾਂਜੀ ਹਾਂਜੀ, ਸਾਰਾ ਸਮਾਨ ਮਿਲਦਾ ਜੀ, ਹਰੇਕ ਕਿਸਮ ਦਾ ਮਿਲਦਾ, ਆਪ ਤਿਆਰ ਕਰਦੇ ਹਾਂ ਸਾਰਾ। ਖੁਸ਼ੀ ਦਾ ਮਾਹੌਲ ਹੈਗਾ ਜਦੋਂ ਕਿ ਮਠਿਆਈਆਂ ਵੰਡੀਆਂ ਜਾ ਰਹੀਆਂ ਹੈਗੀਆਂ, ਔਰ ਇੰਡੀਆ ਦੀ ਟੀਮ ਜਿਹੜੀ ਹੈਗੀ ਆ ਮੈਡਲ ਜਿੱਤ ਕੇ ਲਈ ਆ, ਔਰ ਤੁਸੀਂ ਬੜੇ ਬਹੁਤ ਭਾਗੀ ਹੋ ਵੀ ਉਸ ਇਨਸਾਨ ਨਾਲ ਕੰਮ ਕਰ ਰਹੇ ਹੋ ਜਿਹੜਾ ਹਾਕੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ, ਔਰ ਉਹਨਾਂ ਨੇ ਇੱਕ ਕ੍ਰੀਏਸ਼ਨ ਕੀਤੀ ਹੈਗੀ ਆ ਦਰਾਹੇ ਦੇ ਵਿੱਚ ਸ਼ੋਪ ਦੀ ਵੀ, ਔਰ ਅੱਜ ਵੀ ਜਿਵੇਂ ਇੱਕ ਜਸ਼ਨ ਮਨਿਆ ਦੁਕਾਨ ਦੇ ਮੂਹਰੇ, ਕਿਵੇਂ ਲੱਗਿਆ ਤੁਹਾਨੂੰ? ਸਾਨੂੰ ਬਹੁਤ ਖੁਸ਼ ਹੋਈ ਆ ਦੇਖ ਕੇ ਸਾਰਾ ਕੁਝ, ਔਰ ਅਸੀਂ ਚਾਹਾਂਗੇ ਕਿ ਸਾਨੂੰ ਸਾਰਾ ਸ਼ੋਰੂਮ ਵੀ ਦਿਖਾਓ। ਅਲੱਗ ਅਲੱਗ ਡਿਜ਼ਾਈਨ ਨੇ ਸਾਡੇ ਕੋਲ, ਦੇਖ ਲਓ, ਇਹ ਜੜਾਊ ਦੇ ਵਿੱਚ ਸੈੱਟ ਹੋ ਗਏ, ਐਂਟੀਕ ਹੋ ਗਏ, ਇਹ ਸਾਰੇ ਜੜਾਊ ਸੈੱਟ ਨੇ, ਪੰਜਾਬੀ ਸਟਾਈਲ ਹੋ ਗਿਆ, ਇਹ ਰਾਣੀ ਹਾਰ ਆ, ਵੀਰ ਜੀ 1980 ਔਰ 2024 44 ਈਅਰਸ ਦਾ ਅਰਸਾ, ਔਰ ਉਹ ਸਮਾਂ ਜਦੋਂ ਤੁਹਾਡੀਆਂ ਨਰਜ਼ੀਆਂ ਤੁਸੀਂ ਖੁਦ ਖੇਡਦੇ ਸੀਗੇ, ਔਰ ਅੱਜ ਵੀ ਉਵੇਂ ਬਾਹਾਂ ਦੇ ਵਿੱਚ ਕਰੰਟ ਆਉਂਦਾ ਜਦੋਂ ਤੁਸੀਂ ਮੈਚ ਦੇਖਦੇ ਹਾਂ, ਔਰ ਜਦੋਂ ਅਸੀਂ ਮੈਚ ਜਿੱਤ ਕੇ ਇੰਡੀਆ ਦੀ ਜਿਹੜੀ ਝੋਲੀ ਦੇ ਵਿੱਚ ਪਿਆ, ਕੀ ਕਹਿਣਾ ਚਾਹੋਗੇ?
ਆਨੰਦ ਆ ਗਿਆ। ਇਹ ਤੋਂ ਵਧੀਆ ਮੂਵਮੈਂਟ ਸਾਡੇ ਲਈ ਕੋਈ ਹੋ ਨਹੀਂ ਸਕਦੀ ਹਾਕੀ ਲਵਰ ਹਾਂ। ਸਾਨੂੰ ਤਾਂ ਮਤਲਬ ਇਹਦੀ ਇਨਵੈਲੂਏਬਲ ਮੂਵਮੈਂਟ ਨੇ ਇਹਨਾਂ ਅਸੀਂ ਜ਼ਿੰਦਗੀ ਦੇ ਸਭ ਤੋਂ ਵਧੀਆ ਕੁਛ ਪਲਾਂ ਦੇ ਵਿੱਚੋਂ ਇਹ ਪਲ ਨੇ ਜਦੋਂ ਅਸੀਂ ਇੰਡੀਆ ਦੀ ਹਾਕੀ ਟੀਮ ਨੂੰ ਮੈਡਲ ਜਿੱਤਦਾ ਦੇਖਦੇ ਹਾਂ। ਜਿਹੜੀ ਖੁਸ਼ੀ ਹੁੰਦੀ ਹੈ ਉਹ ਤੋਂ ਸ਼ਬਦਾਂ 'ਚ ਮੈਂ ਬਿਆਨ ਹੀ ਨਹੀਂ ਕਰ ਸਕਦਾ, ਨਾ ਉਹਦੀ ਕੋਈ ਕੀਮਤ ਹੈ। ਔਰ ਆਸ ਕਰਦੇ ਹਾਂ ਕਿ ਪਰਮਾਤਮਾ ਇਹ ਸਾਨੂੰ ਮੌਕੇ ਦੁਆਰਾ ਦਿੰਦਾ ਰਹੇ। ਵੀਰ ਜੀ, 80 ਦੇ ਵਿੱਚ ਜਦੋਂ ਇੰਨੀਆਂ ਸੁਵਿਧਾਵਾਂ ਔਰ ਇੰਨਾ ਇਨਫਰਾਸਟ੍ਰਕਚਰ ਔਰ ਇੰਨੀਆਂ ਪ੍ਰਾਈਜ਼ ਔਰ ਇੰਨਾ ਜ਼ਿਆਦਾ ਜਿਹੜਾ ਹੈਗਾ ਨਹੀਂ ਸੀਗਾ, ਔਰ ਅੱਜ ਜਦੋਂ ਕਿ ਆਪਣੇ ਹਾਕੀ ਦੇ ਲਈ ਵੀ ਹਰ ਤਰ੍ਹਾਂ ਦੀ ਫੈਸਿਲਿਟੀ ਪਲੇਅਰਸ ਲਈ ਅਵੇਲੇਬਲ ਹੈਗੀ ਆ, ਬੜੀ ਇੱਕ ਵੱਡੀ ਜਿਹੜੀ ਹੈਗੀ ਆ ਫੋਰਸ ਜਿਹੜੀ ਹੈਗੀ ਆ ਇੰਡੀਆ ਦੀ ਉਹ ਵੀ ਇਹਨਾਂ ਦੇ ਨਾਲ ਅਟੈਚ ਹੁੰਦੀ ਆ, ਉਹ ਸਮਾਂ ਅਤੇ ਹੁਣ ਸਮਾਂ ਕਿਵੇਂ ਲੱਗਦਾ? ਐਕਚੁਅਲੀ ਪਹਿਲਾਂ ਹਾਕੀ ਬਹੁਤ ਮਾਸ ਬੇਸ 'ਤੇ ਖੇਡੀ ਜਾਂਦੀ ਥੱਲੇ, ਇਹ ਗੱਲ ਚੰਗੀ ਉਹ ਨਹੀਂ, ਕਿਤੇ ਕ੍ਰਿਕਟ ਦੇ ਰਿਵਾਈਵਲ ਜ਼ਿਆਦਾ ਹੋਣ ਦੇ ਨਾਲ ਥੋੜ੍ਹਾ ਜਿਹਾ ਦੂਸਰੀਆਂ ਗੇਮਾਂ ਤੋਂ ਲੋਕਾਂ ਦਾ ਧਿਆਨ ਹਟਿਆ, ਔਰ ਅਨਫੋਰਚੁਨੇਟਲੀ ਅਸੀਂ ਪਰਫੋਰਮ ਨਹੀਂ ਕਰ ਪਾਏ ਇੰਟਰਨੈਸ਼ਨਲ ਲੈਵਲ 'ਤੇ, ਸਾਡੀ ਪਰਫੋਰਮੈਂਸ ਥੱਲੇ ਆ ਗਈ। ਨੇਚਰਲੀ ਕਵਰੇਜ ਘਟਿਆ, ਕਵਰੇਜ ਘਟਣ ਦੇ ਨਾਲ ਲੋਕਾਂ ਦੇ ਵਿੱਚ ਜਿਹੜੇ ਯੰਗ ਬੱਚੇ ਨੇ ਉਹ ਹਾਕੀ ਤੋਂ ਥੋੜ੍ਹਾ ਜਿਹਾ ਦੂਰ ਹੋਏ, ਲੇਕਿਨ ਜਿਵੇਂ ਫੈਸਿਲਿਟੀਆਂ ਮਿਲੀਆਂ ਤੁਸੀਂ ਕਿਹਾ ਐਸਟ੍ਰੋਟਰਫ ਜ਼ਿਆਦਾ ਲੱਗੇ, ਬੱਚੇ ਅਕੈਡਮੀਆਂ 'ਚ ਆਏ, ਕੁਆਲਿਟੀ ਆਈ, ਤਾਂ ਅਸੀਂ ਦੁਬਾਰਾ ਰਿਵਾਈਵ ਹੋ ਗਿਆ ਔਰ ਦੋ ਬਰੌਂਜ ਮੈਡਲ ਲਗਾਤਾਰ ਜਿੱਤਣੇ ਇਹ ਆਪਣੇ ਆਪ 'ਚ ਸਬੂਤ ਹੈ। ਤੁਸੀਂ ਟੌਪ ਦੀਆਂ ਟੀਮਾਂ 12 ਦੀਆਂ 12 ਸੀ, ਆਸਟ੍ਰੇਲੀਆ ਬੈਲਜੀਅਮ ਜਿਹੜੀ ਲਾਸਟ ਵਿਨਰ ਆ ਉਹ ਤੋਂ ਕੁਆਟਰ ਫਾਈਨਲ 'ਚ ਨਹੀਂ ਪਹੁੰਚੀ, ਤਾਂ ਇੰਡੀਆ ਦੀ ਛੋਟੀ ਜਿਹੀ ਕੋਈ ਅਚੀਵਮੈਂਟ ਨਹੀਂ। ਔਰ ਇੰਨੇ ਹਾਲਾਤਾਂ 'ਚ ਵੀ ਜੇਕਰ ਹਾਕੀ ਬਚੀ ਹੈ ਔਰ ਅਸੀਂ ਦੁਬਾਰਾ ਸ਼ੁਰੂ ਕਰ ਲਈ ਤਾਂ ਆਉਣ ਵਾਲੇ ਦਿਨ ਹਾਕੀ ਦੇ ਚੰਗੇ ਹੋਣਗੇ, ਇਹੋ ਜਿਹੀ ਆਸ ਕਰਦੇ ਹਾਂ। ਜੀ, ਹਰਿਆਣੇ ਦੇ ਵਿੱਚ ਆਪਾਂ ਦੇਖਦੇ ਹਾਂ ਔਰ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਅੱਗੇ ਜਿਹੜੀ ਹਾਕੀ ਖੇਡਣੀ ਆ ਉਹ ਸ਼ੌਂਕਾਂ ਦੇ ਨਾਲ ਹੋਰ, ਔਰ ਅੱਜ ਇੱਕ ਪ੍ਰੋਫੈਸ਼ਨ ਵੀ, ਅੱਜ ਬੱਚੇ ਇੰਨੇ ਜ਼ਿਆਦਾ ਤੇਜ਼ੀ ਦੇ ਨਾਲ ਔਰ ਇੰਨਾ ਪ੍ਰੋਫੈਸ਼ਨਲੀ ਖੇਡ ਰਹੇ ਨੇ ਕਿ ਉਹਨਾਂ ਨੂੰ ਪਤਾ ਲੱਗਦਾ ਕਿ ਸਾਡਾ ਕੈਰੀਅਰ ਆ, ਔਰ ਇਸ ਕੈਰੀਅਰ ਦੇ ਵਿੱਚ ਵੀ ਅਸੀਂ ਅੱਗੇ ਕਹਿੰਦਾ ਆਹ ਕੰਮ ਕਰਨਾ, ਆਹ ਕੰਮ ਕਰਨਾ, ਅੱਜ ਕਹਿੰਦਾ ਪਲੇਅਰ ਵੀ ਬਣ ਜਾਵਾਂਗੇ ਤਾਂ ਪਲੇਅਰਸ ਵੀ ਜਿਹੜੇ ਔਨ ਟੌਪ ਹੈ। ਐਕਚੁਅਲੀ ਇਹਨੂੰ ਪ੍ਰੋਫੈਸ਼ਨਲੀ ਹਾਕੀ ਖੇਡਣੀ ਇੱਕ ਸ਼ੌਂਕ ਨਾਲ ਖੇਡਣੀ ਦੇ ਫਰਕ ਹੈ। ਲੋਕਾਂ ਨੇ ਇਹਨੂੰ, ਬੱਚਿਆਂ ਨੇ ਉਹਨੂੰ ਪ੍ਰੋਫੈਸ਼ਨਲੀ ਲੈਣਾ ਸ਼ੁਰੂ ਕਰਤਾ, ਉਹਨਾਂ ਨੂੰ ਪਤਾ ਕਿ ਇਹਦੀ ਡਿਮਾਂਡ ਕੀ ਹੈ ਕਿ ਇੱਕ ਲੈਵਲ 'ਤੇ ਅਸੀਂ ਪਰਫੋਰਮ ਕਰਾਂਗੇ, ਨੌਕਰੀ ਲੈਣੀ ਹੈ ਇਹਦੇ ਬੇਸ 'ਤੇ, ਸਪੋਰਟਸ ਅਲੱਗ ਅਲੱਗ ਡਿਪਾਰਟਮੈਂਟਾਂ ਦੀਆਂ ਟੀਮਾਂ ਨੇ ਉਹਦੇ ਵਿੱਚ ਜਾਣਾ, ਔਰ ਜਿਹੜਾ ਨੈਸ਼ਨਲ ਨੂੰ, ਇੰਡੀਆ ਨੂੰ ਰਿਪ੍ਰੈਜੈਂਟ ਕਰਨਾ ਉਹ ਤਾਂ ਬਹੁਤ ਵੱਡੀ ਪ੍ਰਾਪਤੀ ਹੈ। ਉਸ ਤੋਂ ਬਾਅਦ ਜੇਕਰ ਇੰਟਰਨੈਸ਼ਨਲ 'ਤੇ ਕਰਦੇ ਹਾਂ ਤਾਂ ਤੁਹਾਡਾ ਫਿਊਚਰ ਸਿਕਿਓਰ ਹੋ ਜਾਂਦਾ, ਔਰ ਜਿਹੜਾ ਮਾਣ ਇੱਜ਼ਤ ਮਿਲਦਾ, ਪ੍ਰਧਾਨ ਮੰਤਰੀ ਡਾਇਰੈਕਟ ਪ੍ਰਧਾਨ ਇੱਕ ਕੈਪਟਨ ਦੇ ਨਾਲ ਗੱਲ ਕਰਦਾ, ਇਹ ਛੋਟੀ ਜਿਹੀ ਗੱਲ ਨਹੀਂ, ਉਹਨੂੰ ਸਰਪੰਚ ਹਾਂ ਸਰਪੰਚ ਕਹਿ ਕੇ ਸੰਬੋਧਨ ਕੀਤਾ, ਅਤੇ ਇਦੋਂ ਵੱਡੀ ਗੱਲ ਕਿਸੇ ਲਈ ਕੀ ਹੋ ਸਕਦੀ ਹੈ, ਔਰ ਜ਼ਿੰਦਗੀ ਦੀ ਇਦੋਂ ਵੱਡੀ ਅਚੀਵਮੈਂਟ ਕਿਸੇ ਦੀ ਕੀ ਹੋ ਸਕਦੀ ਹੈ, ਕੋਈ IAS ਅਫਸਰ ਬਣ ਜੇ, ਕੋਈ ਕੁਛ ਬਣ ਜੇ, ਲੇਕਿਨ ਇਹ ਜਿਹੜੇ ਮੂਵਮੈਂਟ ਨੇ ਇਹ ਸਿਰਫ ਹਰਮਨਪ੍ਰੀਤ ਦੇਸ਼ 'ਤੇ ਆਏ ਨੇ, ਕਿਸੇ ਹੋਰ ਦੇਸ਼ 'ਤੇ ਨਹੀਂ ਆਉਣੇ। ਇੰਡੀਆ ਟੀਮ ਨੂੰ ਕਾਂਸੀ ਦਾ ਤਮਗਾ ਜਿੱਤਣ 'ਤੇ ਬਹੁਤ ਬਹੁਤ ਵਧਾਈਆਂ। ਅਸੀਂ ਸਮੂਹ ਆਪਣੇ ਖਿਡਾਰੀਆਂ ਨੇ ਇਕੱਠੇ ਹੋ ਕੇ, ਵੈਟਰਨ ਖਿਡਾਰੀਆਂ ਨੇ ਇਕੱਠੇ ਹੋ ਕੇ ਕੋਈ ਖੁਸ਼ੀ ਮਨਾਈ ਆ, ਇਸ ਲਈ ਸਾਰਿਆਂ ਨੂੰ ਸਾਜਣਾ ਨੂੰ ਬਹੁਤ ਬਹੁਤ ਵਧਾਈਆਂ। ਤੁਹਾਡੇ ਅੱਜ ਦੇ ਮੂਮੈਂਟਸ ਕੀ ਲੱਗਦਾ ਵੀ ਉਵੇਂ ਦੇ ਵਿੱਚ ਤਾਕਤ ਜੀ ਅਤੇ ਔਰ ਉਵੇਂ એનર્ਜੀ ਜਿਹੜੀ ਹੈਗੀ ਆ ਉਹ ਲੱਗ ਰਹੀ ਹੈ? ਜਦੋਂ ਮੈਚ ਦੇਖਣਾ એનર્ਜੀ ਤਾਂ ਪੂਰੀ ਆਉਂਦੀ ਆ, એનર્ਜੀ ਦੇ ਕੇ ਜਦੋਂ ਲਾਗ ਬੇਲ ਦਾ ਪਲਾਂਟ ਹੀ ਕਰ, ਜਿਹੜਾ ਇੱਕ ਲਾਸਟ ਮਿੰਟ 'ਚ ਇੰਡੀਆ ਦੇ ਉਲਟ ਮਿਲਿਆ ਸੀ, ਉਹ ਦੇਖਣ ਵਾਲਾ ਸੀ ਲੋਕਾਂ ਦਾ ਹਾਲ, ਉਹਦੇ ਵਿੱਚ ਅਸੀਂ ਵੀ ਇੱਕ ਸਾਰੇ ਅੱਖਾਂ ਬੀਜ ਕੇ ਬਾਹਰ ਨੂੰ ਹੋ ਗਏ ਸੀ ਵੀ ਹੋਏ ਕੀ ਬਣਨਾ ਵਾ। ਬੜੀਆਂ ਹੱਥ ਜੋੜ ਜੋੜ ਦੁਆਵਾਂ ਕੀਤੀਆਂ, ਸੁੱਖਾਂ ਸੁੱਖੀਆਂ ਲੋਕਾਂ ਨੇ, ਔਰ ਉਹਨਾਂ ਦੇ ਘਰ ਵਾਲੇ ਵੀ ਬੱਚੇ, ਜਿਵੇਂ ਅਸੀਂ ਵੀ ਅੱਖਾਂ ਬੰਦ ਕਰ ਲਈਆਂ ਸੀ ਵਿਰਚੁਅਲੀ ਕਿ ਲਾਸਟ ਮਿੰਟ ਹੀ ਉਹਨੂੰ ਲੱਗ ਨਾ ਜਾਵੇ, ਕਿੰਨਾ ਕੁ ਪ੍ਰੈਸ਼ਰ, ਕਿੰਨਾ ਕੁ ਸ਼ੌਂਕ ਹੈ, ਉਦੋਂ ਜਿੱਤੇ ਅਤੇ ਫਿਰ ਰਾਤ ਉਹ ਤਾੜੀਆਂ ਮਾਰੀਆਂ, ਕਿਸ ਤਰ੍ਹਾਂ ਖੁਸ਼ ਹੋਏ ਤੋਂ ਇੰਜੋਏ ਕੀਤਾ। ਬੈਸਟ ਇੰਡੀਆ ਇਸ ਦੀ।